ਲੈ ਕੁਮਾਰ ਕਾ ਤਮਾਰ ਉਸਤਾਦ ਹੀ ਕਰੀ ਵਤ ਨਵੇਂ ਰੰਗ ਚ ਨਵੇਂ ਢੰਗ ਚ ਤੇ ਨਵੀਂ ਗੱਲ ਚ ਤੇ ਨਵੀਂ ਬਾਤ ਚ ਤੁਹਾਡੀ ਖਿਦਮਤ ਤੇ ਹਾਜ਼ਰ ਹੈ ਜਿੰਨੇ ਤੁਹਾਡੇ ਨਾਲ ਵਾਅਦਾ ਹੈ ਕਿ ਇੱਕ ਨਵਾਂ ਸਿਲਸਿਲਾ ਕਮਰ ਮੋਸ਼ਾਨੀ ਮੇਲਾ ਡਿਸਕਸ ਥੀਨਾ ਪਏ ਤਵਾ ਜਲੇ ਮੇਲੇ ਨਹੀਂ ਗੱਲ ਬਾਤ ਥੀਵੇ ਤੇ ਰੋਸ਼ਨ ਪੁਲਾਲ ਨਹੀਂ ਗੱਲ ਨਾ ਥੀਵੇ ਤਾਂ ਇਹ ਜ਼ਿਆਦੀ ਹੈ ਤਾਂ ਅੱਜ ਤੇ ਇੱਕ ਸਪੈਸ਼ਲ 5 ਜਾਂ 6 ਮਿੰਟਾਂ ਦੀ ਵੀਡੀਓ ਰੋਸ਼ਨ ਪੁਲਾਲ ਨੇ ਨਾ ਇਸਨੇ ਜ਼ੈਕੀ ਡਿਸਕਸ ਸੀ ਸੁਣ ਇਸ ਨਾਲ ਅੰਦਾਜ਼ ਡਿਸਕਸ ਸੀ ਅਤੇ ਵਿੱਚ ਵਾਜੇ ਰਾ ਹਲਕਾ ਜਿਹਾ ਸਵੀਟ ਨਾ ਜ਼ੈਕਾ ਦੇਣਾ ਯਾਨੀ ਕਿ ਡੋਧੀ ਵਾਲੇ ਹਲਵੇ ਨਾ ਉਹ ਡਿਸਕਸ ਸੀ ਅਤੇ ਤੁਸੀਂ ਦੇਖਣੇ ਪਏ ਹੋ ਪਿੱਛੋਂ ਆਵਾਮ ਆਪੋ ਆਪ ਯਾਨੀ ਕਿ ਜਿੱਥੇ ਜਾ ਲਭੇਨੀਏ ਪੇਰਾਂ ਤੀ ਬਾਹ ਕਿਲੋ ਖਾਣਾ ਪਿਆ ਕੁਰਸੀ ਲਭੀਵੇ ਤਾਂ ਕੁਰਸੀ ਤੀ ਬਾਹ ਨੇ ਹਾਲਾਂਕਿ ਹੋਰ ਹੀ ਹਫ਼ਤਾ ਭਰ ਇੱਥੇ ਦੁਕਾਨਾਂ ਹੋਣੀਆਂ ਜਿੱਥੇ ਪੁਲਾ ਮਿਲਣਾ ਠੀਕ ਹੈ ਡਾਢੇ ਰਹਿਤੇ ਸ਼ਹਿਤੇ ਅਤੇ ਮਜ਼ੀਦ ਦੀ ਮਿਸਾਲ ਹੈ ਅਤੇ ਸਾਰਾ ਕਸਾਈ ਜਾਣੀ ਤਿਆਰ ਕਰਕੇ ਤੁਸੀਂ ਆਪ ਕਹਿੰਦੇ ਹਾਂ ਜੀ ਹਾਂ ਇਨ ਸ਼ਾ ਅੱਲਾਹ ਤਾਲਾ ਕਾਲ ਕਾਲ ਗਾਓ ਨਹੀਂ ਹੈ ਕਾਲ ਮਾਂਝੋ ਨਹੀਂ ਹੈ ਕਾਲ ਬੱਚੋ ਨਾ ਹੈ ਇਸ ਤਰੀਕੇ ਦਾ ਨਿਜ਼ਾਮ ਚੱਲਣਾ ਪਿਆ ਸਾਡਾ ਇਹ ਜੀ ਕਿਨਾਥ ਸੇਲਾ ਜੀ ਸਾਗੋ ਜੀ ਕਾਫ ਜੀ ਤਾਂ ਨਾਜ਼ਰੀਨ ਇੱਕ ਹੋਰ ਦੋਸਤ ਹਲਵਾ ਤੇ ਪੁਲਾ ਰਲਾ ਕੇ ਡਾਢਾ ਚਿਲ ਕਰਿਆ ਨਾ ਖਲਾ ਇਹਨਾਂ ਨਾਲ ਹੀ ਗੱਲਬਾਤ ਕਰਨੇ ਆ ਕਿਵੇਂ ਕੀ ਦੇਖੇ ਕੀ ਮਹਿਸੂਸ ਕਰਨੇ ਹੋ ਇਹ ਪੁਲਾ ਖਾ ਕੇ ਅਸਲਾਮ ਅਲੈਕੁਮ ਵੀਵਰ ਸਾਰਾ ਦੋਸਤਾਂ ਕੋ ਮੇਰੀ ਤਰਫੋਂ ਸਲਾਮ ਹੋ ਗਿਆ ਬਾਈ ਅਸਲ ਜਿਹੜੀ ਜ਼ੈਕੇ ਦੀ ਗੱਲ ਹੈ ਨਾ ਜ਼ੈਕਾ ਇਸ ਨਾਲ ਉਹ ਜ਼ੈਕਾ ਕਿ ਜਿਹੜਾ ਅਸਾਂ ਮਲੇਸ਼ੀਆ ਵੀ ਵੰਝ ਕੇ ਅਸਾਂ ਬੜਾ ਮਿਸ ਕੀਤਾ ਹੈ ਅੱਛਾ 3 ਸਾਲ ਅਸਾਂ ਮਲੇਸ਼ੀਆ ਰਹਿਆਂ ਲੇਕਿਨ ਜਿਹੜਾ ਵੀ ਸੋਮਵਾਰ ਮੰਡੀ ਆਉਣੀ ਹੈ ਇਹਨਾਂ ਸੋਮਵਾਰ ਨਾਲ ਦਿਹਾੜਾ ਆਉਣ ਆਈ ਅੱਛਾ ਇਸ ਕੋ ਅਸਾਂ ਬੜਾ ਮਿਸ ਕੀਤਾ ਹੈ ਹੁਣ ਮੇਰੇ ਕੋਲ ਮਹੀਨਾ ਠੀਕ ਹੈ ਮੈਂ ਵਾਪਸ ਆਇਆ ਵਾ ਤਾਂ 2 ਮਹੀਨੇ ਠੀਕ ਹੈ ਤਕਰੀਬਨ ਅੱਛਾ ਮੈਂ ਜਿਸ ਟਾਈਮ ਆਪਣੇ ਕੰਮ ਕਾਰ ਛੋੜ ਕੇ ਅੱਗੇ ਪਿੱਛੇ ਸੰਗੀਆਂ ਸਾਥੀਆਂ ਨਾਲ ਮੇਲੇ ਵਾਲੇ ਜਾ ਤਾਂ ਜਿੰਨੇ ਪਹੁੰਚਣਾ ਤਾਂ ਪਹਿਲੋਂ ਰੋਸ਼ਨ ਖੁਲਵਾਉਣਾ ਯਾਨੀ ਕਿ ਤੁਹਾਡੇ ਜ਼ਿਹਨ ਵਿੱਚ ਹੋਣਾ ਹੈ ਹਫ਼ਤਾ ਪੂਰਾ ਬਈ ਮੇਲੇ ਵਾਲੇ ਨਹੀਂ ਵੰਜਣਾ ਅਤੇ ਪੁਲਾ ਹੀ ਲਾਜ਼ਮੀ ਖਾਵਣਾ ਪੁਲਾ ਤੋਂ ਇਲਾਵਾ ਕੰਮ ਹੀ ਤਾਂ ਨਹੀਂ ਚੱਲਣਾ ਰੋਸ਼ਨ ਨਾਲ ਤੋਂ ਇਲਾਵਾ ਮੇਲਾ ਬਾਤ ਫਾਇਦਾ ਤਾਂ ਕੋਈ ਨਾ ਮੇਲਾ ਲੰਘ ਵਣੇ ਅਤੇ ਜਿਵੇਂ ਪਰਦੇਸ ਵਿੱਚ ਦੱਸੇ ਨੇ ਪਿਓ ਭਾਈ ਤੁਹਾ ਕੋ ਦੀ ਗੁਰ ਜਾਓ ਇਹ ਟਾਈਮ ਮਾਹੌਲ ਯਾਦ ਆਉਣਾ ਅਤੇ ਦੂਜੀ ਜਿਹੜੀ ਸ਼ਾਇਦ ਯਾਦ ਆਉਣੀ ਹੈ ਘਰ ਤੋਂ ਇਲਾਵਾ ਉਹ ਮੇਲਾ ਅਤੇ ਪੁਲਾ ਯਾਦ ਆਉਣਾ ਮਲੇਸ਼ੀਆ ਵਿੱਚ ਮਲੇਸ਼ੀਆ ਦੀ ਲਾਜ਼ਮੀ ਗੱਲ ਅਸਾਂ ਇੱਕ ਤਾਂ ਦੀਗੁਰ ਬੜਾ ਮਿਸ ਕਰੇ ਨੇ ਅਸੀਂ ਜਿਹੜੇ ਦੀਗੁਰ ਥੀ ਨੇ ਲੋਕ ਨੈਟਾਂ ਸ਼ੈਟਾਂ ਦੇ ਵੇਨਾ ਅੱਗੇ ਪਿੱਛੇ ਅਤੇ ਅਸਾਂ ਪਾਏ ਉਹਨੇ ਅਸੀਂ ਕਮਰਾ 'ਚ ਲਾਕਡਾਊਨ 'ਚ ਫਸੇ ਹੋਏ ਅਤੇ ਦੂਜਾ ਮੇਲਾ ਮੰਡੀ ਨਾਲ ਦਿਹਾੜਾ ਜਿਹੜਾ ਰਿਹਾ ਆਈ ਨਾ ਤਾਂ ਵੱਲਾ ਜਿਹਨੇ ਥੀ ਨਾ ਲੋਕ ਕੰਮਾਂ 'ਤੇ ਉਹਨਾਂ 'ਚ ਅਸਾਂ ਰੋਸ਼ਨ ਕੋ ਯਾਦ ਕਰਾਉਣ 'ਤੇ ਲੱਗੇ ਬੈਠੇ ਹੋਣੇ ਸੀ ਜਿੱਥੇ ਵੀ ਸਾਡੇ ਇਲਾਕੇ ਨੇ ਲੋਕ ਹਨ ਤੁਹਾਡੇ ਮਲੇਸ਼ੀਆ ਵਾਲੇ ਸਾਥੀ ਸਾਡੇ ਨਾਲ ਹਨ ਉਹੀ ਦੇਖਣੇ ਪਏ ਹੋ ਤੁਹਾਨੂੰ ਥਾਕੂਨਾ ਕਣ ਕੀ ਗੱਲ ਕਹੇ ਤੁਹਾਂ ਟੈਨਸ਼ਨ ਨਹੀਂ ਗਿਰਣੀ ਸੰਗੀਓ ਸਾਰਾ ਬਸ ਜਿਹੜਾ ਜਿਹੜਾ ਆ ਸੀ ਰੋਸ਼ਨ ਵਾਲਾ ਪਾਕ ਨੇ ਹੁਕਮ ਨਾਲ ਹਾਲੇ ਤਾਈਂ ਜਿੰਦਾ ਹੈ ਤੁਸੀਂ ਆਰਾਮ ਨਾਲ ਰੋਸ਼ਨ ਨਾਲ ਚਾਵਲ ਤੁਸੀਂ ਖਾ ਸਕਦੇ ਹੋ ਇਹ ਤੁਹਾਡੇ ਵਾਸਤੇ ਪਲੇਟ ਹੈ ਇਨਸ਼ਾਅੱਲਾ ਹਾਜ਼ਰ ਹੋ ਰਹੇ ਜਦਾਂ ਵੀ ਆ ਸੋ ਮੈਂ ਤੁਹਾਨੂੰ ਦਾਵਤ ਕਰਵਾਇਆ ਦੱਸੇ ਦੋ ਕਿਉਂਕਿ ਅੱਜ ਸਪੈਸ਼ਲ ਰਿਪੋਰਟ ਅਸਾਂ ਮੇਲੇ ਨੇ ਹਵਾਲੇ ਨਾਲ ਤੇ ਰੋਸ਼ਨ ਪੁਲਾ ਵਾਲਾ ਡਿਸਕਸ ਕਰੇ ਨੇ ਪਿਆ ਕੀ ਜ਼ੈਕੇ ਤੇ ਕਿਹੜੀ ਚੀਜ਼ ਇਹਨਾਂ ਨੇ ਤੁਹਾਨੂੰ ਪਸੰਦ ਹੈ ਕਿ ਹਰ ਹਫ਼ਤੇ ਤੁਸੀਂ ਇਸ ਵਾਰ ਕੇ ਗਿੰਨੇ ਹੋ ਜਾਂ ਇਸ ਹਵਾਲੇ ਨਾਲ ਇਹਨੇ ਭਾਈ ਚੌਲ ਤੇ ਜਾ ਤੇ ਬਹੁ ਵਿਚੇ ਨੇ ਮੋਚੀ ਬੈਠੇ ਨੇ ਵਿਚੇ ਨੇ ਉਹੀ ਅਸਾਂ ਸਾਰਾ ਦੀ ਅੱਗੀ ਖਾਣੇ ਰਾਣੇ ਆ ਲੇਕਿਨ ਇਹ ਹਫ਼ਤੇ ਲੜੇ ਇੱਕ ਇੰਤਜ਼ਾਰ ਹੋਣਾ ਹਾਜੀ ਰੋਸ਼ਨ ਨਾ ਜੋ ਕਿਉਂਕਿ ਇਹਨਾਂ ਜ਼ਰਾ ਜ਼ੈਕਾ ਚੰਗਾ ਹੈ ਬੰਦਾ ਹੀ ਠੀਕ ਹੈ ਚੌਲ ਹੀ ਜ਼ਬਰਦਸਤ ਬਣੇ ਨੇ ਪਰ ਲੋਕ ਆਉਣੇ ਖੜੇ ਨੇ ਮੈਂ ਆਪ ਇਹ ਹੁਣ ਗਿੱਧੀ ਵੇਣਾ ਕਿਲੋ ਡੇਢ ਉਹ ਜਾ ਤੇ ਬਾਹ ਕੇ ਸੰਗੀ ਸਾਥੀ ਬੈਠਿਆ ਇਹ ਇੰਤਜ਼ਾਰ ਹੋਣਾ ਵੀ ਹਾਜੀ ਰੋਸ਼ਨ ਆਦੀ ਤੇ ਚੌਲ ਖਤਾਂ ਤੇ ਯਾਨੀ ਕਿ ਇੱਕ ਸਰਪ੍ਰਾਈਜ਼ ਹੋਣਾ ਮੇਲੇ ਵਾਲੇ ਦੀ ਬਈ ਇਹ ਰੋਸ਼ਨ ਨਾ ਵੀ ਪਾਰਟੀ ਹੋ ਸੀ ਬਿਲਕੁਲ ਹੀ ਅਰਿਤ ਗੱਲ ਬਈ ਸਰਪ੍ਰਾਈਜ਼ ਵੀ ਹਾਜੀ ਰੋਸ਼ਨ ਆਦੀ ਚੌਲ ਖਤਾਂ ਤੇ ਮੇਲੇ ਤੀ ਫਿਰਦਾ ਤੇ ਸਾਰੇ ਵਾ ਤਾਂ ਆਪ ਕੋ ਪਤਾ ਨਹੀਂ ਕਮਰ ਨੇ ਲੋਕਾਂ ਨੇ ਇਹ ਖੁਆਇਸ਼ ਹੋਣੀ ਹੈ ਵੀ ਜ਼ਰਾ ਜ਼ਿੰਮੇਦਾਰਾ ਕਰੇ ਨੇ ਹਫ਼ਤਾ ਡੇਢ ਆਇਆ ਤੇ ਫੇਰਾ ਟੋਰਾ ਤੇ ਹਾਜੀ ਵਾਲੇ ਚੌਲ ਹੀ ਖਾ ਦੇ ਤੇ ਮਜ਼ਾ ਹੀ ਮਾਰਾ ਇਹ ਆ ਬਾ ਜ਼ਿੰਦਗੀ ਗੁਜ਼ਰੇ ਨੇ ਪੈਣ ਤਾਜ਼ਾ ਤਾਜ਼ਾ ਡੰਡੀਆਂ ਸੀਲੀਆਂ ਮਰੇ ਨੇ ਆਨੇ ਆਨ ਬਾਹਰ ਨਿਕਲੇ ਨੇ ਖਾ ਕੇ ਤੇ ਇਹਨਾਂ ਕੋਲੋਂ ਪੁੱਛਨੇ ਆ ਕਿੰਨੇ ਭਾਈ ਹਰ ਬੰਦੇ ਨਾਲ ਗੁਜ਼ਾਰਾ ਕਰਨਾ ਹੈ ਹਰ ਬੰਦੇ ਨਾਲ ਤਾਵਨ ਕਰਨਾ ਹੈ ਚੀਜ਼ ਅੱਛੀ ਦੇਣਾ ਹੈ ਕੁਤਰੀਆਂ ਆਉਣੀਆਂ ਹੱਡੀਆਂ ਹੀ ਨਹੀਂ ਆਉਣੀਆਂ ਬੜਾ ਮਜ਼ਦਾਰ ਚੌਲ ਹੋਣਾ ਹੈ ਔਰ ਗਰੀਬ ਗੁਰਬੇ ਨਾਲ ਬੜਾ ਤਾਵਨ ਕਰਨਾ ਹੈ ਬਹੁ ਤਾਵਨ ਕਰਨਾ ਅੱਲਾ ਪਾਕ ਇਸ ਕੋ ਬਹੁ ਦੇਵੇ ਤੇ ਅੱਲਾ ਪਾਕ ਇਸ ਕੋ ਆਪਣੇ ਖਜ਼ਾਨਾ ਚੋ ਦੇਵੇ ਹਰ ਕਹਿ ਨਾਲ ਬਹੁ ਗੁਜ਼ਾਰਾ ਕਰਨਾ ਹੈ ਜੀ ਅੱਛਾ ਅੱਛਾ ਜੀ ਹਾਂ ਤੇ ਜ਼ੈਕੇ ਨੇ ਬਾਰੇ ਤੁਸੀਂ ਜ਼ੈਕਾ ਤਾਂ ਬੰਦਾ ਖਾਵੇ ਚਾ ਤੇ ਸ਼ਾਮ ਤੱਕ ਬੰਦਾ ਕਹਿੰਦਾ ਰੋਸ਼ਨ ਵਾਲੇ ਚੌਲ ਹੋਣਾ ਬਿਆ ਉਹ ਵੀ ਕੁਛ ਨਹੀਂ ਆ ਜੀ ਯਾਨੀ ਕਿ ਤੂੰ ਖਾਵੇ ਤੇ ਬੰਦਾ ਖਰਬਾਦੀਆਂ ਮਰੇ ਖਰਬਾਦੀਆਂ ਕੇ ਦਰੀਦਾ ਮਾਰ ਕੇ ਵੇਨੇ ਘਰ ਤੱਕ ਉਹ ਤਾਂ ਖਤਮ ਦੀ ਇਹਨਾਂ ਜੀ ਠੀਕ ਬਹੁ ਮਜ਼ਦਾਰ ਚੌਲ ਹੋਣਾ ਸੀ ਬਹੁ ਅੱਲਾ ਪਾਕ ਇਸ ਕੋ ਆਪਣੇ ਖਜ਼ਾਨਾ ਚ ਹੋਰ ਦੇਵੇ ਔਰ ਇਸ ਕੋ ਅੱਲਾ ਪਾਕ ਹੋਰ ਤਰੱਕੀਆਂ ਦੇਵੇ ਕਿਉਂਕਿ ਗਰੀਬ ਬੰਦੇ ਨਾਲ ਬੜਾ ਤਾਵਨ ਕਰੇ ਨੇ ਠੀਕ ਹੈ ਜੀ ਠੀਕ ਤਾਂ ਨਾਲ ਤੁਹਾਡੀ ਗੱਲਬਾਤ ਕਰਾਈਏ ਇੱਕ ਹੋਰ ਸਾਡੇ ਜ਼ਾਈ ਕਾਬਲ ਇਤਰਾਮ ਦੋਸਤ ਉਹ ਹੀ ਇੱਥੇ ਬੈਠੇ ਹਨ ਇਹਨਾਂ ਨਾਲ ਹੀ ਤੁਹਾਡੀ ਗੱਲਬਾਤ ਕਰੇ ਨੇ ਆਨੇ ਆ ਤੇ ਅਜੇ ਖਾਵਣੇ ਨੇ ਕਿ ਖਾਦੇ ਨੇ ਚੌਲ ਨਹੀਂ ਅਜੇ ਖਾਦੇ ਨਹੀਂ ਸੀ ਫਿਲਹਾਲ ਤਾਂ ਖਾਵਣੇ ਨੇ ਸਾਹਿਬ ਬੈਠੇ ਆ ਅੱਗੇ ਬਹੁ ਪਹਿਲੇ ਨਾ ਖਾਦੇ ਰਹਿਣੀ ਆ ਮਾਸ਼ਾਅੱਲਾ ਚਾਚੇ ਰੋਸ਼ਨ ਨਾ ਬਹੁ ਅੱਛਾ ਦਾਇਕ ਹੈ ਬਹੁ ਅੱਛੇ ਚੌਲ ਹਨ ਤਾਂ ਕਾਫੀ ਦੋਸਤ ਇਹਨਾਂ ਦੇ ਇਲਜ਼ਾਮ ਸ਼ਲਜ਼ਾਮ ਹੀ ਲਾਏ ਹੋਏ ਲੇਕਿਨ
ایسی کوئی گل ہی کوئی نہیں بھائی کوئی یعنی کہ گلاں بنی ہوئی ہیں خالی گلاں بنی ہوئی ہیں لیکن بہت اچھا پلا ہے لوگ انہوں کو انجوائے کرنا ہے اور بہت مشہور ہے سارے ضلع اندر ایک نا ہے روشن چا جینا تو اسا اس کو غلط نہیں آکساں اور کافی اچھا ہے یعنی کہ میلے نہ میلے تھا کو انتظار ہونا ہے اس چیز انتظار بلکہ سلطان خیل لگے وینے نے عوام جمعی علی لڑے سپیشل چول کھون چاچے روشن نے اے وینے نہ نہ میلے تے منگول علی میلے تے لوگ لگے وینے جمعی علی میلے تے اگر ایتھے نوی ہون سوموار تو علاوہ تا اولی میں انجوائے کرنے ٹھیک ہے جی ٹھیک جی تو ناظرین قمر مشانی نا میلہ ڈسکس کیتا سے پہلے ایک ایپیسوڈ تھا کو دکھا لی آج ساری دو جی کس ہوتا ہی تھی آج نہیں پوری ایپیسوڈ اسا روشن پلا لے نے نا کیتی ہے اتھے مختلف ذائقے ڈسکس تھے اس نے ان آپ ہی تھا کو دس ہے کہ قسم نہ وہ پلا اتھے بنا کے اڑے نے انشاءاللہ اگلے ہفتے قمر مشانی نے میلے نی مزید جیری ہر شے رہا گئی ہے ککڑا لیا میلہ اس تو بعد منڈی مویشی اس تو علاوہ مزید ہی رنگ ڈھانگ ہیں وہ تھا کو نکل جاں ویڈیو کو لائک ہی کرنا ہے تو شیئر ہی کرنا ہے اگلی ویڈیو تک ہمار استاد کو دیو اجازت لوکاں دی خیر جھوکاں دی خیر دالا پاما